ਦੇਖੋ ਅੱਜ ਗੱਲ ਕਰਦੇ ਆਪਾਂ ਮਿਤਸੁਮੀ ਕੰਪਨੀ ਦੇ ਬਾਰੇ, ਜੋ ਮਿਤਸੁਬੀ ਕੰਪਨੀ ਹੈ ਜਪਾਨ ਦੀ। ਆਪਾਂ ਉਹਦੀ ਦੋ ਪ੍ਰੋਡਕਟ ਯੂਜ ਕੀਤੇ ਸੀਗੇ, ਇੱਕ ਹੈ ਸੁਮੀ ਸਟਾਰ ਟੋਪ ਅਤੇ ਇੱਕ ਹੈ ਓਪਟੀਮੋਸ, ਇਸ ਨਾਮ ਤੋਂ ਹੈ। ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਰਿਹਾ ਸਿਰਾ, ਰਿਜ਼ਲਟ ਝੋਨਾ ਇੱਕਦਮ ਐਂ ਫਸਟ ਕਲਾਸ ਖੜ੍ਹਾ। ਤਾਂ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀ ਦੋਨਾਂ ਦੀ ਜੋੜੀ ਦਾ ਕੀ ਰਿਜ਼ਲਟ ਰਿਹਾ, ਕਿੰਨਾ ਕਿਵੇਂ ਕੀ ਕੁਛ ਰਿਹਾ ਇਹਨਾਂ ਦੇ ਬਾਰੇ। ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੋ ਆਪਣੀਆਂ ਦੋਨੇ ਦਵਾਈਆਂ ਸੀਗੀਆਂ ਵੀ ਕਿਹੜੀ ਕਿਹੜੀ ਉਹ ਦਵਾਈ ਹੈ। ਪਹਿਲਾਂ ਤੁਹਾਨੂੰ ਫੋਟੋ ਦਿਖਾਉਂਦੇ ਹਾਂ ਆਪਾਂ ਵੀ ਕਿਹੜੀ ਉਹ ਸ਼ੀਸ਼ੀ ਹੈ। ਆ ਸੁਮੀ ਸਟਾਰ ਟੋਪ ਮਿਤਸੁਮੀ ਜਪਾਨ, ਇਹ ਤੁਸੀਂ ਕੰਪਨੀ ਦੇਖ ਰਹੇ ਹੋ ਮਿਤਸੁਮੀ ਜਪਾਨ ਸੁਮੀ ਸਟਾਰ ਟੋਪ। ਦੂਜੀ ਆ ਗਈ ਇਹ ਓਪਟੀਮੋਸ, ਇਹ ਵੀ ਇਸੇ ਦੀ ਹੈ। ਇਦੋਂ ਬਾਅਦ ਆਪਾਂ ਇਹਨਾਂ ਦੇ ਟੈਕਨੀਕਲ ਬਾਰੇ ਗੱਲ ਕਰਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਝੋਨੇ ਬਾਰੇ। ਤਾਂ ਝੋਨਾ ਤੁਹਾਨੂੰ ਆ ਦਿਖਾਈ ਦਿੰਦੇ ਹਾਂ ਵੀ ਦੇਖੋ ਕਿੱਡਾ ਸੋਹਣਾ, ਇੱਕਦਮ ਐਂ ਬਹੁਤ ਸੋਹਣਾ ਖੜ੍ਹਾ, ਕੋਈ ਦਿੱਕਤ ਨਹੀਂ। ਤੁਸੀਂ ਦੇਖ ਸਕਦੇ ਹੋ ਫੰਗੀ ਸਾਈਡ ਵੀ, ਇਹ ਬਹੁਤ ਸੋਹਣਾ ਫੰਗੀ ਸਾਈਡ ਹੈ। ਉੱਤੋਂ ਤਾਂ ਫਿਰ ਅਤੇ ਥੱਲੋਂ ਲੈ ਕੇ ਕੋਈ ਵੀ ਹੈ, ਜਿਵੇਂ ਥੱਲੋਂ ਲੈ ਕੇ ਉੱਤੋਂ ਤੱਕ ਐਂ ਬਿਲਕੁਲ ਫਸਟ ਕਲਾਸ ਖੜ੍ਹਾ, ਬਹੁਤ ਸੋਹਣਾ। ਹੁਣ ਇਹ ਗੱਲ ਕਰਦੇ ਹਾਂ ਆਪਾਂ ਸੁਮੀ ਸਟਾਰ ਟੋਪ। ਸੁਮੀ ਸਟਾਰ ਟੋਪ ਹੈ ਜਿਹੜੀ, ਇਹ ਸੁਮੀ ਸਟਾਰ ਟੋਪ, ਇਹਦੇ ਵਿੱਚ ਟੈਕਨੀਕਲ ਹੈ ਐਜੋਕਸੀਸਟ੍ਰੋਬਿਨ 18.2%, ਡਾਈਫੋਨੋ ਕੋਨਾਜੋਲ ਹੈ 11.4% SC। ਦੋਨਾਂ ਦਾ ਜੋ ਇਹ ਰਿਜ਼ਲਟ ਇਹ ਫੰਗੀਸਾਈਡ ਨਾਲ ਮਿਕਸ ਬਣਿਆ, ਸੁਮੀ ਸਟਾਰ ਟੋਪ ਹੈ ਇਹ ਮਿਤਸੁਮੀ ਜਪਾਨ ਕੰਪਨੀ ਦੀ। ਬਹੁਤ ਸੋਹਣਾ ਰਿਜ਼ਲਟ ਮਿਲਿਆ ਸਾਨੂੰ ਇਸ ਫੰਗੀਸਾਈਡ ਦਾ, ਬਹੁਤ ਹੀ ਸਿਰਾ ਰਿਜ਼ਲਟ ਹੈ। ਅਤੇ ਇਹਦੇ ਨਾਲ ਜੋ ਅਸੀਂ ਸੁੰਡੀ ਖਾਤਰ ਦਵਾਈ ਕੀਤੀ ਸੀਗੀ ਉਹ ਇਹ ਹੈ ਓਪਟੀਮੋਸ। ਇਹਦੇ ਵਿੱਚ ਜੇ ਆਪਾਂ ਟੈਕਨੀਕਲ ਦੀ ਗੱਲ ਕਰੀਏ ਤਾਂ ਨੋਵਾਲੋਰਨ 5.25% ਅਤੇ ਇਮੈਕਟਿਨ ਬੈਂਜੂਏਟ 0.9% WWSC ਵਾਲਾ ਹੈ। ਦੋਨਾਂ ਦਾ ਇਸ ਜੋੜੀ ਦਾ ਬਹੁਤ ਸਿਰਾ ਰਿਜ਼ਲਟ ਮਿਲਿਆ ਸਾਨੂੰ ਦੋਨਾਂ ਨੂੰ। ਅਤੇ ਹੋਰ ਵੀ ਜੇ ਕਿਸੇ ਵੀਰ ਭਰਾ ਨੇ ਆਪਦੀ ਸਪਰੇਅ ਕੀਤੀ ਹੈ ਜਾਂ ਇਸਦਾ ਕਿਸੇ ਨੇ ਵੀ ਕੋਈ ਦਵਾਈ ਕਰਕੇ ਦੇਖੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਇਹਦਾ ਰਿਜ਼ਲਟ ਕਿਵੇਂ ਰਿਹਾ। ਸਾਨੂੰ ਤਾਂ ਬਈ ਇਹਦੇ ਵਿੱਚੋਂ 100 ਦਾ 100% ਰਿਜ਼ਲਟ ਮਿਲਿਆ। ਅਤੇ ਹੋਰ ਵੀ ਜੇ ਕਿਸੇ ਵੀਰ ਭਰਾ ਨੇ ਕਰੀ ਹੈ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸੇ ਵੀ ਆ ਦਵਾਈ ਦਾ ਰਿਜ਼ਲਟ ਕਿਵੇਂ ਰਿਹਾ। ਬਹੁਤ ਵਧੀਆ ਇਹ ਮਿਤਸੁਮੀ ਕੰਪਨੀ ਝੋਨਾ, ਤੁਸੀਂ ਦੇਖ ਸਕਦੇ ਹੋ ਇੱਕ ਤਾਂ ਮੈਂ ਸੋਹਣਾ ਖੜ੍ਹਾ ਪੂਰਾ ਵਧੀਆ, ਕਿਤੇ ਕੋਈ ਲਾਲੀ ਨਹੀਂ ਝੋਨੇ ਦੇ ਅੰਦਰ। ਹਰੇਕ ਪ੍ਰਕਾਰ ਦੇ ਇਹ ਮਤਲਬ ਬਲਾਸਟ ਆਉਂਦਾ ਜਿਹੜਾ ਉਹਨੂੰ ਕੰਟਰੋਲ ਕਰਦਾ ਇਹ ਸੁਮੀ ਸਟਾਰ ਟੋਪ। ਅਤੇ ਐਮੀ ਸਟਾਰ ਟੋਪ ਵਾਲੇ ਆਪਾਂ ਸਾਲਟੇ ਦੇ ਅੰਦਰ ਕਹਿ ਸਕਦੇ ਹੈਗੇ ਹੈ ਵੀ ਬਹੁਤ ਵਧੀਆ ਇਹਦਾ ਰਿਜ਼ਲਟ ਹੈ।